ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਗੜਸ਼ੰਕਰ ਤੋਂ ਕੋਟਫਤੂਈ ਨੂੰ ਜਾਣ ਵਾਲੀ ਬਿਸਤ ਦੁਆਬਾ ਨਹਿਰ ਦੇ ਪਿੰਡ ਪੋਸੀ ਵਿਖੇ ਦੋ ਸੂਰ ਨਹਿਰ ਦੇ ਵਿੱਚ ਡਿੱਗ ਗਏ ਸਨ, ਜਿਨ੍ਹਾਂ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਰਮਨਪ੍ਰੀਤ ਕੌਰ ਵੱਲੋਂ ਵਿਭਾਗ ਦੇ ਮੁਲਾਜ਼ਮਾਂ ਦੀ ਮਦਦ ਨਾਲ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ, ਪਰ ਉਸ ਸਮੇਂ ਤੱਕ ਇਹ ਸੂਰ ਮਰ ਗਏ ਸਨ। ਇਸ ਮੌਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਵੱਲੋਂ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਫਸਰਾਂ ਦੇ ਲਈ ਹਰ ਇੱਕ ਸੁਵਿਧਾ ਉਪਲਬਧ ਕਰਾਉਣ ਦੇ ਡਰਾਮੇ ਤਾਂ ਰਚ ਰਹੀ ਹੈ, ਪਰੰਤੂ ਜ਼ਮੀਨੀ ਹਕੀਕਤ ਦੇ ਵਿੱਚ ਅੱਜ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਲਈ ਨਹਿਰ ਦੇ ਵਿੱਚੋਂ ਜਾਨਵਰਾਂ ਨੂੰ ਬਾਹਰ ਕੱਢਣ ਦੇ ਲਈ ਨਾ ਤਾਂ ਕੋਈ ਸਰਕਾਰੀ ਗੱਡੀ ਹੈ ਅਤੇ ਨਾ ਹੀ ਮੁਲਾਜ਼ਮਾਂ ਦੇ ਲਈ ਜਾਨਵਰਾਂ ਨੂੰ ਰੈਸਕਿਊ ਕਰਨ ਦੇ ਲਈ ਸਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ ਤੇ ਮੁਲਾਜ਼ਮਾਂ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਗਾਰਡ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਲੋਕਾਂ ਵੱਲੋਂ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਨਹਿਰ ਦੇ ਵਿੱਚ ਸੂਰ ਫਸੇ ਹੋਏ ਹਨ, ਜਿਨ੍ਹਾਂ ਨੂੰ ਵਿਭਾਗ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਮੌਕੇ ਉੱਤੇ ਪਹੁੰਚਿਆ ਤੇ ਵੇਖਿਆ ਤਿੰਨ ਸੂਰ ਨਹਿਰ ਦੇ ਵਿੱਚ ਡਿੱਗੇ ਹੋਏ ਵੇਖੇ ਗਏ, ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਜਿਉਂਦਾ ਸੀ, ਜਿਸ ਨੂੰ ਬੜੀ ਜੱਦੋ ਜਹਿਦ ਦੇ ਨਾਲ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੌਹਾਨ ਦੀ ਰਿਪੋਰਟ। ਸਰ, ਮੇਰਾ ਨਾਮ ਰਮਨਪ੍ਰੀਤ ਕੌਰ ਆ ਤੇ ਮੈਂ ਇੱਥੋਂ ਦੀ ਬੀਟ ਇੰਚਾਰਜ ਆ। ਤੇ ਸਰ, ਮੈਨੂੰ ਸਾਨੂੰ ਸਵੇਰੇ ਇਨਫੋਰਮੇਸ਼ਨ ਆਈ ਸੀ ਡਿਪਾਰਟਮੈਂਟ ਨੇ ਕਿ ਮਤਲਬ ਜਿਹੜੀ ਆ ਨਹਿਰ ਆ ਇਹਦੇ ਵਿੱਚ ਸੂਰ ਗਿਰੇ ਹੋਏ ਆ, ਤੇ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਮੌਕੇ 'ਤੇ ਇੱਥੇ ਪਹੁੰਚ ਗਏ ਹਾਂ। ਅਤੇ ਅਸੀਂ ਜਿਹੜੇ ਹੁਣ ਸੂਰ ਹੈਗੇ ਆ ਇਹ ਮਰ ਚੁੱਕੇ ਆ ਸਰ, ਅਸੀਂ ਇਹਨਾਂ ਨੂੰ ਮਤਲਬ ਰੱਖ ਲਿਆ ਆ, ਹੁਣ ਜੋ ਅੱਗੇ ਬਣਦੀ ਕਾਰਵਾਈ ਹੋਊਗੀ ਉਸ ਅਕੋਰਡਿੰਗ ਦੇਖਿਆ ਜਾਊਗਾ। ਸਰ, ਬੜਾ ਮਨ ਦੁਖੀ ਹੋਇਆ ਇਹ ਦੇਖ ਕੇ ਵੀ ਜੰਗਲੀ ਜੀਵ ਸੁਰੱਖਿਆ ਜਿਹੜਾ ਵਿਭਾਗ ਆ ਉਹਦੇ ਕੋਲ ਫੈਸਿਲਿਟੀਜ਼ ਹੈ ਨਹੀਂ ਜਾਨਵਰਾਂ ਨੂੰ ਬਚਾਉਣ ਲਈ, ਔਰ ਗੱਪਾਂ ਮਾਰੀਆਂ ਜਾ ਰਹੀਆਂ। ਇੱਕ ਗੜਸ਼ੰਕਰ ਤਹਿਸੀਲ ਦੇ ਵਿੱਚ ਇੱਕੋ ਹੀ ਗੱਡੀ ਆ, ਔਰ ਜਿਹੜੇ ਵਰਕਰ ਆ ਉਹ ਸਾਰੇ ਕੰਟਰੈਕਟ ਵਰਕਰ ਆ। ਤੁਸੀਂ ਦੇਖੋ ਉਹਨਾਂ ਕੋਲ ਕੋਈ ਸ਼ੂ ਨਹੀਂ, ਕੋਈ ਸੇਫਟੀ ਸ਼ੂ ਨਹੀਂ ਆ, ਕੋਈ ਹੋਰ ਸੇਫਟੀ ਨਹੀਂ ਆ, ਕੋਈ ਗਲਵਸ ਨਹੀਂ ਆ, ਕੋਈ ਪ੍ਰੋਪਰ ਡਰੈਸ ਨਹੀਂ ਆ, ਔਰ ਠੰਡੇ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਜਿਹੜੇ ਸੂਰ ਅੱਜ ਡਿੱਗੇ ਆ ਉਹ ਮਰ ਗਏ ਆ, ਦੋ ਤਾਂ ਸਾਡੇ ਸਾਹਮਣੇ ਪਏ ਆ। ਉਹਨਾਂ ਨੂੰ ਦੇਖ ਕੇ ਮਨ ਬੜਾ ਦੁਖੀ ਹੋਇਆ, ਅਤੇ ਵਿਚਾਰੇ ਜਿਹੜੇ ਨੌਜਵਾਨ ਆ ਕੰਟਰੈਕਟ 'ਤੇ ਲੱਗੇ ਉਹ ਠੰਡੇ ਪਾਣੀ 'ਚ ਵੜ ਕੇ ਉਹਨਾਂ ਮਰਿਆ ਸੂਰਾਂ ਨੂੰ ਕੱਢ ਕੇ ਹਟਿਆ ਰੱਸਾ ਪਾ ਕੇ, ਔਰ ਤੁਸੀਂ ਦੱਸੋ ਆਜ਼ਾਦੀ ਦੇ 75 ਸਾਲ ਬਾਅਦ ਹਾਲੇ ਵੀ ਉਹ ਰਸਤੇ ਪਾਏ ਜਾ ਰਹੇ ਆ, ਜਿਹੜਾ ਕਿ ਜਦੋਂ ਕਿ ਇੱਥੇ ਲਿਫਟ ਹੋਣੀ ਚਾਹੀਦੀ ਸੀ, ਸਾਰਾ ਸਿਸਟਮ ਹੋਣਾ ਚਾਹੀਦਾ ਸੀਗਾ। ਜਦੋਂ ਮੈਂ ਹੁਣ ਆਰਓ ਸਾਹਿਬ ਨੂੰ ਟੈਲੀਫੋਨ ਕੀਤਾ ਮਿਸਟਰ ਰਾਜਪਾਲ ਨੂੰ, ਤਾਂ ਉਹ ਕਹਿੰਦੇ ਜੀ ਸਾਡੀ ਗੱਡੀ ਖਰਾਬ ਆ, ਜਦੋਂ ਕਿ ਆਪਣੇ ਦਫ਼ਤਰ ਗੜਸ਼ੰਕਰ ਤੋਂ ਸਵੇਰੇ ਗਏ ਆ ਇੱਥੋਂ। ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਵੀ ਇੱਦਾਂ ਦੀਆਂ ਅਣਗਹਿਲੀਆਂ ਤਰੁੱਟੀਆਂ, ਔਰ ਜਿਹੜੇ ਥੱਲੇ ਦੇ ਵਰਕਰ ਆ ਉਹਨਾਂ ਲਈ ਵੀ ਮੁਸੀਬਤ ਬਣਦੀਆਂ ਅਤੇ ਜਾਨਵਰਾਂ ਲਈ ਵੀ ਮੁਸੀਬਤ ਬਣਦੀਆਂ। ਫਿਰ ਹੁਣ DFO ਜਿਹੜੇ ਵਾਈਲਡ ਲਾਈਫ ਆ ਮਿਸਟਰ ਅਨਿਲ ਯਾਦਵ, ਉਹਨਾਂ ਨਾਲ ਵੀ ਗੱਲਬਾਤ ਕੀਤੀ ਆ, ਉਹਨਾਂ ਦੇ ਧਿਆਨ ਹੇਠ ਵੀ ਮਾਮਲਾ ਲਿਆਇਆ। ਉਹ ਕਹਿੰਦੇ ਮੈਂ ਦੇਖਦਾ, ਪਰ ਕਾਰਨ ਆ ਕਿੱਡੀ ਵੱਡੀ ਡਿਸਕ੍ਰਿਮੀਨੇਸ਼ਨ ਆ, ਕਿੱਡਾ ਵੱਡਾ ਜਾਨਵਰਾਂ ਦੇ ਨਾਲ ਆ ਜਿਨ੍ਹਾਂ ਦੇ ਨਾਂ ਦੇ ਉੱਤੇ ਰੋਟੀਆਂ ਖਾਧੀਆਂ ਜਾਂਦੀਆਂ। ਦੱਸੋ ਪਏ ਆ ਜਿਹੜੇ ਮਰੇ ਉਹ ਸੂਰ ਆ, ਹੁਣ ਆਪਣੇ ਮੋਢਿਆਂ 'ਤੇ ਚੱਕ ਕੇ ਗੜਸ਼ੰਕਰ ਨੂੰ ਲੈ ਕੇ ਜਾਣ 15 ਕਿਲੋਮੀਟਰ ਜਾਂ 20 ਕਿਲੋਮੀਟਰ, ਉਹ ਗੱਡੀ ਕਿੱਥੇ ਜਾਂਦੀ ਆ? ਜੇ ਤੁਸੀਂ ਆਪਣੇ ਪਰਸਨਲ ਯੂਜ਼ ਲਈ ਉਹ ਗੱਡੀ ਦੀ ਵਰਤੋਂ ਕਰਦੇ ਹੋ, ਮੈਂ ਕਹਾਂਗਾ ਤੁਸੀਂ ਜਾਨਵਰਾਂ ਨਾਲੋਂ ਵੀ ਭੈੜੇ ਹੋ, ਇਹ ਗੱਲ ਕਹਿਣੀ ਪੈ ਰਹੀ ਆ।